ਜਿਸ ਦਿਨ ਮਨ ਨੂੰ ਸਮਝ ਆ ਜਾਏ ਕਿ ਇਹ ਭੋਜਨ ਤਨ ਦੀ ਲੋੜ ਹੈ ਮੇਰੀ ਨਹੀਂ, ਇਹ ਧਨ ਤਨ ਦੀ ਲੋੜ ਹੈ ਮੇਰੀ ਨਹੀਂ, ਇਹ ਪਰਿਵਾਰ ਤਨ ਦੀਆਂ ਲੋੜਾਂ ਨੇ ਮੇਰੀ ਨਹੀਂ, ਮਨ ਨੂੰ ਇਹ ਸਮਝ ਆ ਜਾਏ। ਮਨ ਸਮਝਦਾ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤਾਂ ਕਹਿੰਦੇ ਨੇ, ਮਨ ਮੂਰਖ ਅਜ ਹੋ ਨਹੀਂ ਸਮਝਤ, ਸਿੱਖ ਦੇ ਹਾਰਿਓ ਨਹੀਂ। ਮੈਂ ਸਿਕਸ਼ਾ ਦੇ ਦੇ ਕੇ ਥੱਕ ਗਿਆ ਥੱਕ ਗਿਆ ਥੱਕ ਗਿਆ। ਮਨ ਸਮਝਦਾ ਹੀ ਨਹੀਂ ਸਮਝਦਾ ਹੀ ਨਹੀਂ। ਬਾਬਾ ਫਰੀਦ ਇਸ ਨੂੰ ਇੰਝ ਬਿਆਨ ਕਰਦੇ ਨੇ, ਕੂਕੇ ਦੀਆਂ ਚਾਂਗੇ ਦੀਆਂ ਮੱਤੀ ਦੇਂਦਿਆਂ।